ਠੀਕ ਹੈ ਜੀ। ਵਿੱਚ ਕਿੰਨੇ ਮੋਬਾਇਲ ਫਸੂਗੇ? ਫੂਡ ਦਾ ਕੰਮ ਕਰਦਾ ਇਹ, ਨਾ ਸਿਰ 'ਤੇ ਕੈਬ ਹੈ, ਸਾਰਾ ਠੀਕ ਕਰੋ ਅੱਗੇ ਤੋਂ। ਠੀਕ ਹੈ ਜੀ। ਹੁਣ ਮੈਂ ਕਹਿ ਚੱਲਿਆ ਅੱਗੇ ਤੋਂ ਨਹੀਂ ਹੋਣਾ ਚਾਹੀਦਾ। ਨਹੀਂ ਹੋਊਗਾ ਜੀ। ਹਾਂ ਤਰਸੇਮ, ਸਾਡੀ ਕੋਈ ਦੁਸ਼ਮਣੀ ਨਹੀਂ ਜੀ। ਅੱਛਾ, ਥਾਂ ਥਾਂ ਮੱਖੀਆਂ ਮਰੀਆਂ ਪਈਆਂ ਮਠਿਆਈ 'ਚ, ਲੋਕ ਤਾਂ ਖਾਈ ਜਾਂਦੇ ਆ, ਕਿਸੇ ਨੇ ਮੱਖੀ ਉਹਦੇ 'ਚ ਮਠਿਆਈ ਕੱਢ ਕੇ ਸਾਡੇ ਕੋਲ ਕੰਪਲੇਂਟ ਪਹੁੰਚ ਜਾਣੀ ਚਾਹੀਦੀ। ਪਨੀਰ ਠੀਕ ਨਹੀਂ ਹੈਗਾ, ਕੋਈ ਵੀ ਖਾ ਕੇ ਦੇ ਜਾਣਾ, ਕਿਸੇ ਨੂੰ ਵੀ ਬਾਹਰ ਖਾ ਦੇ, ਖੱਟਾ ਪਨੀਰ ਧਿਆਨ ਰੱਖੋ। ਹਾਂਜੀ, ਤਿੰਨ ਸਾਲ ਦਾ ਹੋ ਗਿਆ ਸਾਹਮਣੇ, ਜਿਹੜਾ ਦਸਵੀਂ ਅੱਜ ਮੈਂ ਡਾਕਟਰ ਲਖਵੀਰ ਸਿੰਘ ਡੀ ਐੱਚ ਓ ਡੀ ਐੱਫ ਫੂਡ ਸੇਫਟੀ, ਨਾਲ ਮੇਰੇ ਮੁਨੀਸ਼ ਕੁਮਾਰ ਫੂਡ ਸੇਫਟੀ ਅਫਸਰ ਹੈ, ਤੌਰ ਫੂਡ ਸੇਫਟੀ ਟੀਮ ਦੇ ਮੈਂਬਰ, ਅੱਜ ਇੱਥੇ ਖੜ੍ਹੇ ਹਾਂ ਜਹਾਨ ਖੇਲਾਂ 'ਚ। ਅਤੇ ਇੱਥੇ ਬੜਾ ਅੱਛਾ ਕੰਮ ਆ ਇਹ ਸ਼ੋਪ ਦਾ, ਲੋਕਾਂ ਨੂੰ ਸਪਲਾਈ ਵੀ ਬਹੁਤ ਕਰਦਾ, ਬੜੀ ਮਠਿਆਈ ਆਲੇ ਦੁਆਲੇ ਫੀਲਡ ਵਿੱਚ ਜਾਂਦੀ ਹੈ। ਤਾਂ ਪਰਪਜ਼ ਸੀਗਾ ਕੁੱਲ ਮਿਲਾ ਕੇ ਵੀ ਇਹਦਾ ਦੇਖਿਆ ਜਾਵੇ ਮਠਿਆਈ ਦਾ ਸਟੈਂਡਰਡ ਕੀ ਆ, ਮਿਆਰੀ ਮਠਿਆਈ ਦਿੰਦਾ। ਅਤੇ ਅੱਜ ਇੱਥੇ ਸੈਂਪਲ ਲੈ ਰਹੇ ਹਾਂ, ਪਨੀਰ ਦਾ ਸੈਂਪਲ ਲਵਾਂਗੇ, ਹੋਰ ਵੀ ਜਿਹੜਾ ਵਾਜਬ ਲੱਗਿਆ ਲਾਵਾਂਗੇ। ਬਾਕੀ ਇਹਦੀ ਵਰਕਸ਼ਾਪ ਦੀ ਵੀ ਚੈਕਿੰਗ ਕੀਤੀ ਆ, ਜਿੱਥੇ ਕਿਤੇ ਹੁਣ ਤਾਈਆਂ ਪਾਈਆਂ ਉਹਨੂੰ ਅਵੇਅਰ ਕਰ ਦਿੱਤਾ ਗਿਆ ਵੀ ਉਹਨੂੰ ਠੀਕ ਕਰ ਲਓ। ਸੋ ਮਿਸ਼ਨ ਤੰਦਰੁਸਤ ਪੰਜਾਬ ਲਾਗੂ ਕਰਨਾ, ਸਾਡੇ ਜਿਹੜੇ ਕਮਿਸ਼ਨਰ ਫੂਡ ਐਂਡ ਡਰੱਗ ਹੈਗੇ ਸ਼੍ਰੀ ਅਭਿਨਵ ਤ੍ਰਿਖਾ ਜੀ, ਉਹ ਬੜੇ ਸਟ੍ਰਿਕਟ ਹੈ, ਬੜੇ ਸੀਰੀਅਸ ਹੈ ਇਸਾਂ ਮਾਮਲਿਆਂ ਵਿੱਚ, ਵੀ ਕੋਈ ਵੀ ਕਿਸੇ ਤਰ੍ਹਾਂ ਦੀ ਮਿਲਾਵਟ ਖੋਰੀ ਨੂੰ ਬਖਸ਼ਿਆ ਨਹੀਂ ਜਾਏਗਾ। ਪੂਰਾ ਦੇਖੋ ਹਾਈਜੀਨ ਦਾ, ਨੀਟ ਐਂਡ ਕਲੀਨ ਹੈਗਾ ਹੈ, ਜਿੱਥੇ ਬਣਾਉਂਦੇ ਆ ਉਹ ਵੀ ਸਾਰਾ ਚੈੱਕ ਕਰਦੇ ਹਾਂ। ਤਾਂ ਜਿੱਥੇ ਕਿਤੇ ਲੱਗਦਾ ਇਹਨਾਂ ਦੇ, ਕਿਉਂਕਿ ਮੱਖੀਆਂ ਮੁੱਖੀਆਂ ਬੜੀਆਂ ਹੁੰਦੀਆਂ, ਓਪਨ ਹੈਗਾ, ਜਾਲੀ ਦਾ ਪ੍ਰਬੰਧ ਨਹੀਂ ਹੈਗਾ, ਅਤੇ ਉਹ ਕਰੂਗਾ। ਸੋ ਸੈਂਪਲ ਲੈ ਰਹੇ ਹਾਂ, ਸ਼ੁਰੂ ਕੀਤਾ ਸੀ ਹੁਸ਼ਿਆਰਪੁਰ ਤੋਂ ਸ਼ੁਰੂ ਕੀਤਾ, ਇਹ ਦੂਜੀ ਸਪੋਟ ਆ ਜਿੱਥੇ ਸੈਂਪਲ ਲੈਣ ਲੱਗੇ ਹਾਂ, ਅੱਗੇ ਚੱਲਦੇ ਜਾਵਾਂਗੇ। ਸਾਡਾ ਸੈਂਪਲ ਲੈਣ ਤੋਂ, ਜਿੱਦਾਂ ਇੱਥੇ ਸੈਂਪਲ ਲੈਣਾ ਆਪਾਂ, ਸਾਡਾ ਕਿਤੇ ਵੀ ਇਹ ਪਰਪਜ਼ ਨਹੀਂ ਹੈਗਾ ਵੀ ਅਸੀਂ ਇਹਦੇ 'ਚ ਕੋਈ ਦਾਗ ਕੱਢ ਰਹੇ ਹਾਂ, ਕੋਈ ਮਿਲਾਵਟ ਕੱਢ ਰਹੇ ਹਾਂ। ਸਾਡੇ ਸੈਂਪਲ ਕੱਲ੍ਹ ਨੂੰ ਫੂਡ ਐਂਡ ਡਰੱਗ ਲੈਬ ਖਰੜ ਨੂੰ ਚਲੇ ਜਾਣੇ ਆ, ਉੱਥੋਂ ਜਿੱਦਾਂ ਦੀ ਰਿਪੋਰਟ 15-20 ਦਿਨ ਬਾਅਦ ਆਏਗੀ, ਉੱਦਾਂ ਦੀ ਅਸੀਂ ਬਣਦੀ ਕਾਰਵਾਈ ਕਰਾਂਗੇ। ਸਰ, ਆਮ ਕਰਕੇ ਕਿਹਾ ਜਾਵੇ ਜਹਾਨ ਕਿਲ੍ਹਾ ਜਿੱਦਾਂ ਇਹ ਵਿਕਾਰ, ਇੱਥੇ ਬਹੁਤ ਸਾਰੀ ਮਠਿਆਈ ਜਿਹੜੀ ਸਾਰੀਆਂ ਦੁਕਾਨਾਂ ਨੂੰ ਸਪਲਾਈ ਹੁੰਦੀ ਆ, ਕੀ ਪਾਇਆ ਤੁਸੀਂ ਇੱਥੇ, ਕੀ ਦੇਖਿਆ? ਦੇਖੋ ਜੀ, ਬਹੁਤ ਤੁਸੀਂ ਦੇਖਿਆ ਵੀ ਹੋਣਾ, ਮੇਰਾ ਜਿਹੜਾ ਫੋਕਸ ਜ਼ਿਆਦਾ ਰਹਿੰਦਾ, ਜਿਹਦੀ ਵਿਕਰੀ ਜ਼ਿਆਦਾ ਹੈ, ਜਿਹੜਾ ਮਾਲ ਜ਼ਿਆਦਾ ਵਿਕਦਾ, ਉਹਦੇ 'ਤੇ ਫੋਕਸ ਜ਼ਿਆਦਾ ਰੱਖੀਦਾ, ਕਿਉਂਕਿ ਬਹੁਤ ਜ਼ਿਆਦਾ ਲੋਕਾਂ ਨੂੰ ਉਹ ਮਠਿਆਈ ਸਪਲਾਈ ਹੁੰਦੀ ਆ, ਜ਼ਿਆਦਾ ਲੋਕ ਆਈ ਐਟ ਹਾਈ ਰਿਸਕ ਹੋ ਸਕਦੇ ਆ। ਸੋ ਇੱਥੇ ਆਏ ਹਾਂ ਤਰਸੇਮ ਦਾ, ਹਾਲਾਂਕਿ ਕੰਮ ਬਹੁਤ ਆਏ ਜਿਹੜਾ ਸੁਣਦੇ ਹਾਂ ਕਾਫੀ ਸਵੀਟ ਦਾ, ਅਤੇ ਇੱਥੇ ਦੇਖਿਆ ਜਿਹੜੀ ਵਰਕਸ਼ਾਪ 'ਚ ਉੱਦਾਂ ਸਫਾਈ ਸੀ, ਪਰ ਜਿਹੜੀ ਉਹ ਇੱਕ ਟੱਬ ਦੇ ਵਿੱਚ ਜਿਹੜਾ ਚਾਸਣੀ ਜਿਹੀ ਪਈ ਸੀ, ਮੱਖੀਆਂ ਮਰੀਆਂ ਪਈਆਂ ਸੀ, ਜਿੱਥੇ ਕਿੱਥੇ ਕਮੀ ਆ ਉਹਨੂੰ ਇਹਨੂੰ ਕਿਹਾ ਦੂਰ ਕਰੋ। ਕੁੱਲ ਮਿਲਾ ਕੇ ਕਮੀਆਂ ਤਾਂ ਹੈਗੀਆਂ ਹੀ ਆ, ਪਰ ਕਮੀਆਂ ਨੂੰ ਦੂਰ ਕਰਨਾ ਸਾਡਾ ਮਕਸਦ ਹੈ, ਵੀ ਕਮੀਆਂ ਨੂੰ ਦੂਰ ਕਰ ਲਏ ਅਤੇ ਲੋਕਾਂ ਨੂੰ ਸੇਫ ਅਤੇ ਸਟੈਂਡਰਡ ਦਾ ਮਿਆਰੀ ਖਾਣਾ ਦਿੱਤਾ ਜਾਵੇ, ਅਤੇ ਤਾਂ ਕਿ ਲੋਕਾਂ ਦੀ ਸਿਹਤ ਨਾ ਖਿਲਵਾੜ ਹੋਵੇ। ਇਹ ਮੈਂ ਇਹ ਕਹਿਣਾ ਚਾਹੁੰਦਾ ਵੀ ਜਿੱਥੇ ਵੇਚਣ ਵਾਲਾ ਬੰਦਾ ਆ, ਇਹ ਹਰ ਸਮੇਂ ਵੇਚਣ ਵਾਲਾ ਨਹੀਂ ਹੈਗਾ, ਕਈ ਸਮੇਂ ਵਿਕਰੇਤਾ ਵੀ ਹੈ, ਕਈ ਸਮੇਂ ਉੱਤੇ ਖਰੀਦਦਾਰ ਵੀ ਹੁੰਦਾ। ਜਦੋਂ ਇਹ ਖਰੀਦਦਾਰ ਹੁੰਦਾ ਉਦੋਂ ਇਹ ਚਾਹੁੰਦਾ ਆ ਵੀ ਮੈਨੂੰ ਸ਼ੁੱਧ ਚੀਜ਼ ਮੇਰੇ ਮਿਆਰੀ 'ਚ ਮਿਲੇ, ਤਾਂ ਜਦੋਂ ਇਹ ਵੇਚਣ ਵਾਲਾ ਉਦੋਂ ਵੀ ਦੋਰ ਬਰਾਬਰ ਉੱਦਾਂ ਹੀ ਦੋਹਰੇ ਮਾਪਦੰਡ ਨਹੀਂ ਹੋਣੇ ਚਾਹੀਦੇ, ਉਹੀ ਸੇਮ ਪੈਮਾਨਾ ਹੋਵੇ ਵੀ ਮੈਂ ਸ਼ੁੱਧ ਚੀਜ਼ ਦੇਣੀ ਆ, ਲੋਕਾਂ ਨੂੰ ਸੇਫ ਦੇਵੇ। ਜੇ ਕੋਈ ਵੀ ਚੀਜ਼ ਜਿੱਦਾਂ ਦਾ ਰਿਜ਼ਲਟ ਆਊਗਾ, ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕਰੂਗੀ। ਕਿਸੇ ਤਰ੍ਹਾਂ ਦਾ ਕੋਈ ਕਿਸੇ ਨੂੰ ਬਖਸ਼ਣਾ ਤਾਂ ਹੈ ਹੀ ਨਹੀਂ ਨਾ, ਇਹ ਤਾਂ ਡਿਕਸ਼ਨਰੀ 'ਚ ਨਹੀਂ ਹੈਗਾ, ਜਿਹੜਾ ਮਿਲਾਵਟ ਕਰਦਾ ਉਹਨੂੰ ਸਪੇਅਰ ਨਹੀਂ ਕੀਤਾ ਜਾਊਗਾ।